ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ 'ਚ ਕੋਰੋਨਾ ਮਹਾਂਮਾਰੀ ਤੋਂ 2 ਸਾਲ ਬਾਅਦ ਲੱਗੇ ਕਿਸਾਨ ਮੇਲੇ 'ਚ ਕਿਸਾਨਾਂ ਨੇ ਆਉਣ ਵਾਲੀ ਸੌਣੀ ਦੀਆਂ ਫਸਲਾਂ ਦੇ ਹੱਲ ਲੱਭੇ। ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਪੁੱਜੇ। ਉਹਨਾਂ ਨਾਲ ਬਠਿੰਡਾ ਸ਼ਹਿਰੀ ਤੋਂ ਵਿਧਾਇਕ ਜਗਰੂਪ ਸਿੰਘ ਗਿੱਲ ਅਤੇ ਦਿਹਾਤੀ ਤੋਂ ਅਮਿਤ ਰਤਨ ਕੋੜਫੱਤਾ ਵੀ ਮੌਜੂਦ ਸੀ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਦੇਸ਼ ਦੀ ਆਰਥਿਕਤਾ ਨੂੰ ਬਚਾਉਣ ਦਾ ਜ਼ਰੀਆ ਖੇਤੀ ਹੀ ਬਣੇਗੀ ਅਤੇ ਖੇਤੀ ਦਾ ਵਿਕਾਸ PAU ਦੀ ਮਜ਼ਬੂਤੀ ਨਾਲ ਹੀ ਸੰਭਵ ਹੋ ਸਕੇਗਾ। ਉਹਨਾਂ ਕਿਹਾ ਕਿ ਪਾਣੀ ਨੂੰ ਬਚਾਉਣਾ ਅੱਜ ਦੇ ਸਮੇਂ ਦੀ ਲੋੜ ਹੈ। SYL ਦੇ ਮੁੱਦੇ ਉੱਤੇ ਪੁੱਛੇ ਸਵਾਲ ਦੇ ਜਵਾਬ 'ਚ ਸੰਧਵਾਂ ਨੇ ਕਿਹਾ ਕਿ SYL ਕਿਸੇ ਵੀ ਹਾਲਾਤ 'ਚ ਨਹੀਂ ਬਣੇਗੀ ਕਿਉਂਕਿ ਸਾਡੇ ਕੋਲ ਵਾਧੂ ਪਾਣੀ ਨਹੀਂ। ਖੇਤੀ ਮਾਹਰਾਂ ਨੇ ਵੀ ਮੁੱਖ ਮੰਚ ਤੋਂ ਬੋਲਦਿਆਂ ਕਿਸਾਨਾਂ ਨੂੰ ਸਮੇਂ ਦੇ ਹਾਣੀ ਬਣ ਕੇ ਨਵੀਆਂ ਤਕਨੀਕਾਂ ਨਾਲ ਖੇਤੀ ਕਰਨ ਦਾ ਸੁਨੇਹਾ ਦਿੱਤਾ। ਬਠਿੰਡਾ ਤੋਂ ਮਨਪ੍ਰੀਤ ਮਾਨ ਦੇ ਨਾਲ ਸੁਖਜੀਤ ਮਾਨ। ਮੈਂ ਤਾਂ ਕਿਸਾਨਾਂ ਨੂੰ ਇਹ ਅਪੀਲ ਕਰ ਰਿਹਾ, ਤਕੜੇ ਹੋ ਕੇ ਲੱਗੇ ਰਹੋ, ਦਿਲ ਨਹੀਂ ਛੱਡਣਾ। ਔਰ ਮੈਂ ਸਰਕਾਰ ਨੂੰ ਬੇਨਤੀ ਕਰੂੰਗਾ ਵੀ ਫੰਡ ਦੀ ਕੋਈ ਕਮੀ ਨਾ ਆਵੇ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੂੰ ਇਸ ਤਰ੍ਹਾਂ ਦੀ ਐਕਟੀਵਿਟੀ ਕਰਾਉਂਦੇ ਰਹਿਣ, ਉੱਥੇ ਰਿਸਰਚ ਹੋਵੇ। ਰਿਸਰਚ ਇਸ ਤਰ੍ਹਾਂ ਹੋਵੇ ਕਿ ਖੇਤੀ ਨੂੰ ਲਾਹੇਵੰਦ ਧੰਦਾ ਕਿਵੇਂ ਬਣਾਉਣਾ, ਸਾਡੇ ਬੱਚੇ ਵੀ ਖੇਤੀ ਕਰਨਾ ਚਾਹੁਣ। ਅੱਜ ਕਿਸੇ ਕਿਸਾਨ ਦਾ ਬੱਚਾ ਕਿਸਾਨੀ ਨਹੀਂ ਕਰਨਾ ਚਾਹੁੰਦਾ। ਸੋ ਇਸ ਚੀਜ਼ ਨੂੰ ਆਪਾਂ ਪੋਜ਼ਿਟਿਵ ਪਾਸੇ ਲੈ ਕੇ ਜਾਣਾ, ਕਿਉਂਕਿ ਇਦੋਂ ਵਧੀਆ ਜਿਹੜਾ ਨੌਕਰੀ ਦੇਣ ਦਾ, ਰੁਜ਼ਗਾਰ ਦੇਣ ਦਾ ਸਾਧਨ ਖੇਤੀ ਤੋਂ ਵਧੀਆ ਕੋਈ ਨਹੀਂ ਹੈ। ਬਿਲਕੁਲ, ਪਾਣੀ ਜਿਹੜਾ ਜ਼ਹਿਰੀਲਾ ਜੇ ਹੋ ਰਿਹਾ ਹੈ, ਇਹ ਬਹੁਤ ਮਾੜਾ ਹੈ। ਮੈਂ ਤਾਂ ਪਿਛਲੇ 15 ਸਾਲਾਂ ਤੋਂ ਖੁਦ ਪਰਸਨਲੀ ਵੀ ਪੰਜਾਬ ਦੇ ਲੋਕਾਂ ਦੇ ਨਾਲ ਰਲ ਕੇ, ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵੀ ਜਦੋਂ ਬਤੌਰ ਆਪੋਜੀਸ਼ਨ ਦੇ ਵਿੱਚ ਮੈਂ ਮੈਂਬਰ ਸੀ, ਉਦੋਂ ਵੀ ਇਹ ਆਵਾਜ਼ ਚੱਕਦਾ ਆਇਆ। ਅੱਜ ਤਾਂ ਸਪੀਕਰ ਹਾਂ, ਮੈਂ ਅੱਜ ਸਰਕਾਰ ਨਾਲ ਗੱਲ ਕਰੂੰਗਾ। ਬਿਲਕੁਲ ਬਿਲਕੁਲ, ਮੁੱਖ ਮੰਤਰੀ ਸਾਹਿਬ ਨੂੰ ਐਕਸ਼ਨ ਕਰਾਵਾਂਗੇ ਉਹਨਾਂ ਤੋਂ। ਦੇਸ਼ ਦੁਨੀਆ ਦੀ ਤਮਾਮ ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ ਯੂਟਿਊਬ 'ਤੇ ਸੱਚ ਕਹੂੰ ਪੰਜਾਬੀ ਚੈਨਲ। ਇਸ ਦੇ ਨਾਲ ਹੀ ਬੈਲ ਆਈਕਨ ਦੱਬ ਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ।